ਲੋ ਜੀ ਸੂਟ ਆ ਗਿਆ ਆ, ਪਾਰਸਲ ਆਇਆ ਸੀ, ਸੂਟ ਭੇਜਿਆ ਕਿਸੇ ਨੇ ਤੇ ਹੁਣ ਖੋਲ ਸਾਜੂ ਕਹਿੰਦੀ ਮੈਂ ਖੋਲਣਾ ਆ ਸੂਟ ਮੇਰਾ ਆ ਖੋਲਣਾ ਇਹਨੇ ਆ ਪਹਿਲਾਂ ਇਹਨੂੰ ਵੀ ਦੋ ਨਾਈਟ ਸੂਟ ਆਏ ਨਾ ਸਾਜੂ ਨੂੰ ਵੀ ਤੇ ਜਸਲੀਨ ਨੂੰ ਵੀ ਦੋ ਸੂਟ ਜਸਲੀਨ ਨੂੰ ਆਏ ਸੀ ਦੋ ਨੂੰ ਆਏ ਸਾਜੂ ਨੂੰ ਚਾਰ ਆ ਗਏ ਫੜਾ ਮੈਂ ਖੋਲਾਂ ਪਹਿਲਾਂ ਨਾ ਕਿਸੇ ਨੇ ਸੂਟ ਭੇਜਿਆ ਸੀ ਬਹੁਤ ਹਲਕਾ ਸੀ ਤੇ ਪਰ ਹੁਣ ਇਹ ਪਤਾ ਨੀ ਹੁਣ ਕਿੱਦਾਂ ਦਾ ਹੋਣਾ ਹਲਕਾ ਯੈਲੋ ਬਫੈਲੋ ਕਲਰ ਆਇਆ ਕਾਟਨ ਦਾ ਸੂਟ ਆਇਆ ਕਾਟਨ ਦਾ ਯੈਲੋ ਬਫੈਲੋ ਕਲਰ ਯੈਲੋ ਫੈਲੋ ਕਲਰ ਦੱਸਿਓ ਕਮੈਂਟ ਬਾਕਸ ਵਿੱਚ ਸੂਟ ਕਿੱਦਾਂ ਲੱਗਿਆ ਜੀ ਅਵੀ ਸੂਟਸ ਤੇ ਸੂਟਸ ਵਾਲਿਆਂ ਤੋਂ ਆਇਆ ਆ ਐਡਰੈਸ ਤਖਾਲੀ ਕਾਗਜ਼ ਉਹ ਫੜਾਈ ਮੈਨੂੰ ਪੇਜ ਉਹਨਾਂ ਦਾ ਐਡਰੈਸ ਕੀ ਆ ਪੇਜ ਤੇ ਸ਼ਾਇਦ ਲਿਖਿਆ ਹੋਵੇ ਅਭੀ ਸੂਟਸ ਲਿਖਿਆ ਸੀਗਾ ਬਾਕੀ ਕਾਲੇ ਨਹੀਂ ਲਿਖਿਆ ਜੈਂਪ ਸਿੰਪਲ ਕੋਲ ਸੀ ਤੇ ਪਿਆ ਬਾਰੇ ਜੈਂਪ ਤੇ ਜਿੱਦਾਂ ਲਕੀਰਾਂ ਇੱਕ ਸਾਈਡ ਤੇ ਹੋਣੀਆਂ ਇਦਾਂ ਹਾਂ ਉਹ ਸਾਈਡ ਤੇ ਹੋਣੀਆਂ ਸਾਈਡ ਤੇ ਲਕੀਰਾਂ ਹੋਣੀਆਂ ਤੇ ਉਹ ਥੱਲੇ ਉਹ ਕਢਾਈ ਹੋਣੀ ਬਾਕੀ ਆਪਾਂ ਇਹਦਾ ਦਾ ਜੇ ਸਾਨੂੰ ਐਡਰੈਸ ਪ੍ਰੋਪਰ ਪਤਾ ਲੱਗੂਗਾ ਕਿਹੜਾ ਹੈਗਾ ਇਦਾਂ ਹੋ ਸਾਈਡ ਤੇ ਹੋਣੀਆਂ ਇਹ ਦੁਪੱਟਾ ਦੇ ਕੀ ਆ ਸਾਡਾ ਕੰਬੀਨੇਸ਼ਨ ਬੜਾ ਪਿਆਰਾ ਹੈ ਨਾ ਹਾਂ ਕਿੰਨਾ ਸੋਹਣਾ ਕੱਢਦਾ ਦੋਨੇ ਮੈਚਿੰਗ ਬੜੀ ਪਿਆਰੀ ਹੈ ਨਾ ਦੁਪੱਟਾ ਹੀ ਭਾਰਾ ਉਹ ਕਹਿੰਦੀ ਮੈਨੂੰ ਦੱਸ ਵੀ ਜਦੋਂ ਆ ਗਿਆ ਫਿਰ ਸੀਣਾ ਵੀ ਦੇਣਾ ਆ ਨਾਲ ਕੀ ਸਲਵਾਰ ਸਲਵਾਰ ਆ ਇਹ ਪੌਂਚਿਆਂ ਤੇ ਕਢਾਈ ਹੋਣੀ ਆ ਦੋ ਪੌਂਚਿਆਂ ਦੇ ਨਾ ਹਾਂ ਪੌਂਚਿਆਂ ਵੀ ਹੋਣੀ ਕਲਰ ਕੰਬੀਨੇਸ਼ਨ ਪਿਆਰਾ ਆ ਸਹਿ ਤੂੰ ਮੂੰਹ ਲਟਕਾਇਆ ਆ ਦੁਪੱਟਾ ਦੁਪੱਟਾ ਵੀ ਸੋਹਣਾ ਆ ਨਾ ਦੁਪੱਟਾ ਦਾ ਕਿੰਨਾ ਭਾਰਾ ਕਿੰਨਾ ਪਿਆਰਾ ਨਾਲੇ ਇਹਦਾ ਬੰਦਾ ਮੁੱਕਲ ਵੀ ਮਾਰ ਸਕਦਾ ਹੈ ਨਾ ਸੂਤੀ ਵਿੱਚ ਆ ਕੰਟਰਾਸਟ ਆ ਇਹ ਹੁਣ ਸਹੀ 3D ਸੂਟ ਜਿੱਦਾਂ ਆ ਦੇਖੋ ਕਲਰ ਆ ਹੈਗਾ ਨਾ ਸਲਵਾਰ 'ਚ ਤੇ ਆਹ ਦੇਖੋ ਆ ਦੁਪੱਟੇ ਦਾ ਜਿਹੜਾ ਦੁਪੱਟੇ ਦਾ ਉਹ ਹੈਗਾ ਜੈਂਪਰ 'ਚ ਇੱਦਾਂ ਕੰਟਰਾਸਟ ਚੱਲਦੇ ਆ ਅੱਜ ਕੱਲ੍ਹ ਤੇ ਆਹ ਦੇਖੋ ਯੈਲੋ ਜਿਹੜੇ ਆਹ ਫਲਾਵਰ ਬਣੇ ਆ ਇਹ ਨਾਲ ਦੇ ਆ ਇੱਦਾਂ ਚੱਲਦੇ ਹੁਣ ਡੈਡੀ ਨੂੰ ਪਤਾ ਨਹੀਂ ਡੈਡੀ ਕਹਿੰਦੇ ਵਿੱਚ ਰੰਗ ਦਾ ਹੈ ਸੂਟ ਬਹੁਤ ਸੋਹਣਾ ਲੱਗਾ ਮੈਨੂੰ ਤਾਂ ਬੜਾ ਪਿਆਰ ਲੱਗਾ ਵਧੀਆ ਉਹ ਦੇਖੋ ਇਹ ਤੇਰੇ ਕੱਪੜਾ ਤੇ ਨਹੀਂ ਲੱਗਦਾ ਹੈ ਕੱਪੜਾ ਤਾਂ ਲੱਗਣਾ ਸੀ ਮੈਨੂੰ ਲੱਗਦਾ ਜੈਂਪਰ ਹੀ ਲੱਗੂ ਲਓ ਜੀ ਹੋ ਰਹੀਆਂ ਤਿਆਰੀਆਂ ਤੇ ਸਾਰਿਆਂ ਲਈ ਸਰਪ੍ਰਾਈਜ਼ਾਂ ਤੇ ਸਰਪ੍ਰਾਈਜ਼ ਨਾਲ ਬੜੇ ਰਹੋ ਬਹੁਤ ਖੁਸ਼ੀ ਆ ਸਾਨੂੰ ਤੇ ਹੁਣ ਆਪਾਂ ਟੈਚੀ ਟੂਚੀ ਪੈਕ ਕਰਨ ਲੱਗੇ ਆ ਤੇ ਟੈਚੀ ਜਿਹੜੇ ਸਾਡੇ ਪਏ ਆ ਉੱਥੇ ਮੰਮੀ ਕੇ ਪਏ ਆ ਇਸ ਕਰਕੇ ਆਪਾਂ ਇੱਥੋਂ ਸਾਰਾ ਬੈਗ 'ਚ ਸਮਾਨ ਪਾ ਕੇ ਜਾ ਜਾਣਾ ਉੱਥੇ ਰਾਤ ਨੂੰ ਸਾਰਾ ਟੈਚੀਆਂ ਦਾ ਸਮਾਨ ਪਾਵਾਂਗੇ ਹਨਾ ਤੇ ਸਾਜੂ ਤੂੰ ਕਿਹੜੇ ਕੱਪੜੇ ਕੋਲੇ ਦੇਖ ਲਾ ਸਾਡੇ ਤਾਂ ਮੈਂ ਰੱਖੇ ਹੀ ਆ ਪਹਿਲਾਂ ਕਿਉਂਕਿ ਥੋੜ੍ਹਾ ਸਮਾਨ ਮੈਂ ਪਹਿਲਾਂ ਹੀ ਰੱਖ ਲਿਆ ਸੀ ਟੈਚੀ ਇਹਦੇ ਵਿੱਚ ਪਾ ਕੇ ਕਿਉਂਕਿ ਮੈਨੂੰ ਪਤਾ ਸਾਨੂੰ ਸੇਮ ਜਲਦੀ ਨਿਕਲਣਾ ਪੈਣਾ ਆ ਕਿਉਂਕਿ ਅੰਮ੍ਰਿਤਸਰ ਪਹੁੰਚਣਾ ਆ ਅਸੀਂ ਟਾਈਮ ਦੇ ਨਾਲ ਉੱਥੇ ਆਪਾਂ ਕੀ ਕਰਨਾ ਆ ਕਿੱਥੇ ਜਾਣਾ ਆ ਤੁਹਾਨੂੰ ਦੱਸਾਂਗੇ ਹਨਾ ਕਿੱਥੇ ਨਹੀਂ ਜਾਣਾ ਕਿੱਥੇ ਜਾਣਾ ਹਾਂ ਉੱਥੇ ਅੰਮ੍ਰਿਤਸਰ ਚ
ਏਅਰਪੋਰਟ ਆ ਉੱਥੇ ਆਪਾਂ ਏਅਰਪੋਰਟ ਦੇਖਣ ਜਾਣਾ ਸਾਜੂ ਨੇ ਦੇਖ ਲਿਆ ਕੌਣ ਕੌਣ ਜਾਂਦਾ ਮੈਨੂੰ ਰੱਖਣ ਦੇਖਣ ਨਹੀਂ ਜਾਣਾ ਅਸੀਂ ਤੁਹਾਨੂੰ ਦੱਸਾਂਗੇ ਸਰਪ੍ਰਾਈਜ਼ ਆ ਸਰਪ੍ਰਾਈਜ਼ ਆ ਦੇਖੋ ਕੌਣ ਜਾਂਦਾ ਮੈਂ ਜਾਂਦਾ ਇਹ ਜਾਂਦੇ ਇਹ ਜਾਂਦੀ ਉਹ ਜਾਂਦਾ ਕੌਣ ਜਾਂਦਾ ਦੇਖਦੇ ਆ ਆਪਾਂ ਸਰਪ੍ਰਾਈਜ਼ ਆ ਤੂੰ ਸਾਡੀ ਵਾਈਟ ਸ਼ਰਟ ਰੱਖ ਲਵਾਂ ਇੱਕ ਅੱਧੇ ਕੱਪੜੇ ਮੈਂ ਰੱਖ ਲਏ ਆ ਅੱਧੇ ਹੁਣ ਮੈਂ ਰੱਖਣੇ ਆ ਮੈਂ ਕੋਕ ਲਾ ਜੋ ਫਰਾਕ ਜਾਣ ਵਾਲੀ ਨੀ ਜਾਣ ਚੱਲੇ ਆ ਨੀ ਆਪਾਂ ਚੱਲੇ ਪਿੱਛੇ ਲੱਗ ਕੇ ਨੀ ਦੇਖੇ ਹੁਣ ਚੱਲੇ ਆਪਾਂ ਕਿੱਥੇ ਕੀ ਹੋ ਗਿਆ ਤੈਨੂੰ ਇੱਥੋਂ ਤਾਂ ਆਪਾਂ ਗੱਡੀ 'ਚ ਜਾਣਾ ਆ ਪਾਲ ਇੱਥੋਂ ਗੱਡੀ 'ਚ ਜਾਣਾ ਅੱਗੇ ਜਾਣਾ ਉੜ ਕੇ ਪਹਿਲਾਂ ਹੀ ਨਾ ਸਰਪ੍ਰਾਈਜ਼ ਇਹ ਮੈਂ ਆਪਣੇ ਜੀਨ ਟੋਪੀ ਰੱਖ ਲਵਾਂ ਇੱਕ ਸੰਜੜੀ ਹੋ ਜਾ ਤਿਆਰ ਅਸੀਂ ਹੁਣ ਜਾ ਰਹੀ ਹਾਂ ਤੇ ਕਤਨ ਜਸਮੀਨ ਉਧਰ ਨੂੰ ਕੋਲ ਥੋੜੀ ਜਈ ਲੈ ਕੇ ਚਲ ਗਏ ਸੀ ਬੱਕਰੀ ਢਿੱਲੀ ਹੋ ਗਈ ਇਹਨਾਂ ਦੀ ਇਹਦੀ ਉਧਰ ਨਹੀਂ ਹੋਈ ਉਹ ਕੱਢ ਚੜਦੀ ਆ ਹੋਰ ਫਿਰ ਹੈ ਨਹੀਂ ਸੌਰੀ ਅਮੀਨ ਨੇ ਮਹਿੰਗੇ ਲਈ ਜੋ ਇੱਧਰ ਦੀ ਹੁੰਦੀਆਂ ਮਹਿੰਗੀਆਂ ਵੀ ਮੈਂ ਵੀ ਲੈਣੀ ਇੱਕ ਹੋਰ ਮੈਂ ਤੇ ਇੱਕ ਹੀ ਆ ਹਜੇ ਬਸ ਇਹ ਵੀ ਬਹੁਤ ਜਿਹੜੀ ਪਈ ਆ ਇਹ ਆਹੋ ਪੱਪ ਟਾਈਮ ਦੀ ਆ ਵੱਜਣੀ ਆ ਵੱਜ ਗਈ ਰੰਗ ਕਰ ਲੂੰਗਾ ਫਿਰ ਲੈ ਜਾਓ ਅੜੇ ਆਪਣੀ ਭੈਣ ਫੜ ਛਾਣੀ ਨਾ ਅੱਗੇ ਬਸ ਨਾ ਬੈਠ ਬੈਠ ਕੇ ਆ ਜੀ ਮੋੜ ਹੋ ਜਾਣੀ ਮੋੜ ਦਾ ਚੱਲ ਜੋ ਇਹ ਸਾਡੇ ਹੈਗੀ ਆ ਕਣਕ ਉਧਰ ਸਾਡੇ ਹੈਗੀ ਆ ਚੋ ਉਧਰ ਸਾਨੂੰ ਡਰ ਬਹੁਤ ਲੱਗਦਾ ਸਾਨੂੰ ਨਿਆਣਿਆਂ ਨੂੰ ਸਾਡੇ ਸਾਡੇ ਜਦੋਂ ਮੈਂ ਮੋਂਕੀ ਫਿਰਦੇ ਮੋਂਕੀ ਪਤਾ ਸਾਰਿਆਂ ਨੂੰ ਪੂਰਾ ਸਟੇਡਿੰਗ ਘੁਮਾ ਦੋ ਘੁਮਾ ਦੋ ਚਲੋ ਹੋ ਗਿਆ ਦਾਦੀ ਚੰਗਾ ਚੰਗਾ ਦਾਦੀ ਬਲੋਗੜੋ ਲਓ ਜੀ ਅਸੀਂ ਹੁਣ ਪਹੁੰਚ ਗਏ ਸੀ ਕਿੱਥੇ ਪਿੰਡ ਭੋਗਪੁਰ ਪਹੁੰਚ ਗਏ ਸੀ ਤੇ ਪੈਕਿੰਗ ਜਿਹੜੀ ਕਰ ਲਈ ਨਾ ਆਪਾਂ ਪੈਕਿੰਗ ਬਾਰਾ ਕਰ ਲਈ ਹੈ ਸਾਡੀ ਸਹਿ ਸੌਂ ਗਈ ਆਪਾਂ ਕਹਿੰਦੇ ਸਵੇਰ ਨੂੰ ਸਾਨੂੰ ਜਲਦੀ ਉੱਠ ਕੇ ਜਾਣਾ ਪੈਣਾ ਆ ਕਿਉਂਕਿ ਅਸੀਂ ਪੂਰੇ ਕਿੰਨੇ ਵਜੇ ਪਹੁੰਚਣਾ ਉੱਥੇ 1 ਵਜੇ ਹੈ ਨਾ ਅਸੀਂ ਪੂਰੇ 1 ਵਜੇ ਪਹੁੰਚਣਾ ਆ ਤੇ ਰੋਟੀ ਪਾਣੀ ਖਾ ਲਿਆ ਸੀ ਹੈਲੋ ਕਰਦੇ ਬਿੱਕੂ ਹੈਲੋ ਹਾਓ ਹਾਓ ਜੀ ਕਿੱਦਾਂ ਤੂੰ ਜਾ ਰਿਹਾ ਸਾਡੇ ਨਾਲ ਸਵੇਰ ਨੂੰ ਹਾਂ ਹਾਂ ਇਹ ਸਰਪ੍ਰਾਈਜ਼ ਆ ਸੇਮ ਦੱਸੂਗਾ ਜਾਣਾ ਆ ਕਿ ਨਹੀਂ ਜਾਣਾ ਸਾਡਾ ਤਾਂ ਫਿਰ ਪੱਕਾ ਹੀ ਜਾਣਾ ਸਾਜ ਤਾਂ ਫਿਰ ਜਾਣਾ ਤੇ ਮੰਮੀ ਤੁਸੀਂ ਜਾ ਰਹੇ ਹੋ ਫਿਰ ਸਾਨੂੰ ਤੋਰਨ
ਮੰਮੀ ਦਾ ਹਾਲੇ ਮੰਮਾ ਵੀ ਸਵੇਰ ਨੂੰ ਦੱਸਣਗੇ ਕੀ ਕਰਨਾ ਆ ਤੇ ਸਵੇਰ ਨੂੰ ਤੁਹਾਨੂੰ ਦੱਸਾਂਗੇ ਕੌਣ ਕੌਣ ਜਾ ਰਹੇ ਆ ਤੇ ਕੌਣ ਕੌਣ ਇੱਥੇ ਰਹਿਣ ਦਿਆ ਆ ਤੁਸੀਂ ਜਾਣਾ ਹੀ ਜਾਣਾ ਫਿਰ ਆਪਾਂ ਤਾਂ ਪੱਕੇ ਜਾਣ ਵਾਲੇ ਬੰਦੇ ਆ ਹਨਾ ਸਾਡੀ ਤਾਂ ਫਿਰ ਅਸੀਂ ਪੱਕੇ ਜਾਣ ਵਾਲੇ ਹੀ ਆ ਸੈਦੂ ਵੀ ਜਾਣ ਵਾਲੀ ਪੱਕੀ ਆ ਜੇਕਰ ਮੰਮੀ ਨਾ ਗਏ ਜੇ ਮੰਮੀ ਨਾ ਗਏ ਅਵਲ ਤਾਈ ਤੇ ਫਿਰ ਜਸਲੀਨ ਘਰੇ ਰਹੂਗੀ ਤੇ ਜੇਕਰ ਮੰਮਾ ਗਏ ਫਿਰ ਚੰਗੂ ਤਾਈ ਸਾਡੀ ਰੋਣ ਲੱਗ ਪਈ ਆ ਤੇ ਤੁਸੀਂ ਕੁਛ ਕਹਿਣਾ ਚਾਹੁੰਦੇ ਆ ਨੀਂਦ ਆਈ ਆ ਕਿਉਂਕਿ ਇਹ ਫਿਰ ਸਵੇਰ ਨੂੰ ਛੇਤੀ ਉੱਠਣਾ ਹਨਾ ਤੇ ਫਿਰ ਸਰ ਕਹਿੰਦੇ ਸੋ ਜਾਈਏ ਟਾਈਮ ਨਾਲ ਸਿਰ ਉੱਠਣਾ ਹਨਾ ਕੁੜੀ ਸਾਡੀ ਰੋਈ ਦੁੱਧ ਪੀ ਲਓ ਅੱਜ ਪੰਜਾਬ ਕਾ ਦੂਧ ਫਿਰ ਤੁਸੀਂ ਕਰ ਕਿੱਥੇ ਦਾ ਪੀਣਾ ਦਿੱਲੀ ਦਾ ਕਰ ਲਓ ਦਿੱਲੀ ਚ ਸਲੀਨ ਨੂੰ ਚੱਕ ਲਿਆ ਰੇ ਪਾਪਾ ਨੇ ਤੇ ਅਗਲੇ ਬਲੌਗ ਨਾਲ ਬਣੇ ਰਹੋ ਅਗਲੇ ਬਲੌਗ ਸਰਪ੍ਰਾਈਜ਼ ਆ ਸਾਰਿਆਂ ਲਈ ਦੋਸਤੋ ਨੈਕਸਟ ਬਲੌਗ ਜ਼ਰੂਰ ਦੇਖਿਓ ਹੁਣ ਆਪਾਂ ਜਾਣਾ ਆ ਅਸੀਂ ਤਰ੍ਹਾਂ ਦੀ ਛੜੀ ਹੋ ਗਏ ਆ ਖਾਣਾ ਪਾਣੀ ਪਾ ਲਿਆ ਰੋਟੀ ਖਾ ਪਾ ਲਈ ਆ ਕੱਪੜੇ ਪਾ ਲਏ ਆ ਮੈਂ ਆਪਣੇ ਪਾਲੇ ਇਹਨਾਂ ਦੇ ਪਾਲੇ ਅਤੇ ਸੈਦੂ ਦੇ ਪਾਲੇ ਅਤੇ ਨਾਲ ਮੇਰਾ ਬ੍ਰਦਰ ਜਾਊਗਾ ਉਹਦੇ ਵੀ ਕੱਪੜੇ ਪਾਲੇ ਆਪਾਂ ਅਤੇ ਕਿਹਨੇ ਜਾਣਾ ਆ ਇਹ ਤੁਹਾਨੂੰ ਸਰਪ੍ਰਾਈਜ਼ ਦੇਵਾਂਗੇ ਅਗਲੇ ਬਲੌਗ 'ਚ ਇੱਦੇ ਬਲੌਗ ਨਾਲ ਬਣੇ ਰਹੋ ਤੁਸੀਂ ਸਬਸਕ੍ਰਾਈਬ ਕਰਿਓ ਚੈਨਲ ਅਤੇ ਪਿਆਰਾ ਜਿਹਾ ਲਾਈਕ ਕਰਿਓ ਸ਼ੇਅਰ ਕਰਿਓ ਤੇ ਚੈਨਲ ਨੂੰ ਸਬਸਕ੍ਰਾਈਬ ਕਰਿਓ ਨੈਕਸਟ ਬਲੌਗ ਲਈ ਆਡੀ ਬੰਦਰੀ ਹੈ ਹੈ ਬਾਏ ਬਾਏ।